ਤੇ ਵੀਰਿਓ ਉਸ ਵੀਡੀਓ ਵਿੱਚ ਮੈਂ ਵੀ ਬਰਖਲਾ ਪਿੰਡ ਦੇ ਬੋਲਿਆ ਸੀਗਾ ਵੀ ਯਾਰ ਤੁਸੀਂ ਇੱਦਾਂ ਨਹੀਂ ਕਰਨਾ ਚਾਹੀਦਾ, ਪਰ ਬਹੁਤ ਸਾਰੇ ਲੋਕਾਂ ਨੇ ਇਹਦੀ ਇੱਕ ਵੀਡੀਓ ਕਲਿੱਪ ਭੇਜੀ ਸੀ ਕਿ ਇੱਕ ਇਹਨੂੰ ਮੁੱਖ ਮੰਤਰੀ ਆਉਂਦੇ ਕਾਹਤੋਂ ਆ, ਇਹਨੇ ਇੱਕ ਬਹੁਤ ਗੰਦਾ ਗਾਣਾ ਬੋਲਿਆ ਸੀ ਉਹਦੇ ਵਿੱਚ। ਤੁਸੀਂ ਗਾਣਾ ਘੱਟ ਪੇਸ਼ ਕਰਦੇ ਤੇ ਗਲਤ ਚੀਜ਼ ਜ਼ਿਆਦਾ ਦਿਖਾਲਦੇ ਆ। ਮੁੱਖ ਮੰਤਰੀ ਤੇਰਾ ਨਾਮ ਮੁੱਖ ਮੰਤਰੀ ਕਿਉਂ ਪਿਆ, ਇਹ ਚੀਜ਼ ਦਾ ਜਵਾਬ ਚਾਹੀਦਾ। ਸਾਡੇ ਕੋਲ ਵੀ ਗਲਤੀ ਹੋਈ, ਤੇਰੀ ਸਪੋਰਟ ਕੀਤੀ, ਗਲਤ ਸਪੋਰਟ ਹੋ ਗਈ। ਤੂੰ ਬੱਚਾ ਨਹੀਂ ਆ, ਬੱਚੇ ਦੇ ਭੇਸ ਵਿੱਚ ਤੂੰ ਖਰਾਬ ਹੋ ਰਿਹਾ, ਆਪ ਵੀ ਸਾਨੂੰ ਵੀ ਕਰ ਰਿਹਾ ਵਾ। ਦੁੱਖ ਲੱਗਦਾ ਤੂੰ ਸਾਡਾ ਪੰਜਾਬੀ ਭਰਾ, ਛੋਟਾ ਪੰਜਾਬੀ ਆ, ਬੰਦਾ ਬਣ ਜਾ। ਇਹਨਾਂ ਨੂੰ ਕਹਿ ਮੈਂ ਆਹ ਕੰਮ 'ਚ ਨਹੀਂ ਆਉਣਾ, ਨਹੀਂ ਆਉਣਾ। ਤੁਹਾਡਾ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸਾਰੇ ਦਰਸ਼ਕਾਂ ਨੂੰ ਬੇਨਤੀ ਹੈ ਕਿ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ। ਧਮਕਵੇਸ ਵਾਲੇ ਮੁੱਖ ਮੰਤਰੀ ਤੇ ਇੱਕ ਟਾਈਮ ਆਇਆ ਸੀ ਜਦੋਂ ਉਹਨਾਂ ਦੇ ਪਿੰਡ ਵਾਲਿਆਂ ਨੇ ਹੀ ਉਹਨਾਂ ਦੇ ਕਕਾਰ ਲਹਾ ਦਿੱਤੇ ਸੀ, ਤੇ ਇਸ ਘਟਨਾ ਤੋਂ ਬਾਅਦ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੇ ਮੁੱਖ ਮੰਤਰੀ ਦਾ ਸਾਥ ਦਿੱਤਾ ਤੇ ਸਾਰੇ ਹੀ ਪੰਜਾਬੀ ਮੁੱਖ ਮੰਤਰੀ ਦੇ ਹੱਕ ਵਿੱਚ ਆਏ, ਕਿਉਂਕਿ ਮੁੱਖ ਮੰਤਰੀ ਗਾਉਣ ਦਾ ਸ਼ੌਂਕ ਰੱਖਦਾ ਸੀ ਤੇ ਉਸਦੀ ਗਾਇਕੀ ਵਿੱਚ ਅਪਸ਼ਬਦ ਹੋਣ ਕਰਕੇ ਮੁੱਖ ਮੰਤਰੀ ਦੇ ਕਕਾਰ ਲਹਾ ਲਏ ਸੀ। ਇੱਕ ਗਰੀਬ ਪਰਿਵਾਰ ਦਾ ਇਹ ਲੜਕਾ ਹੋਣ ਕਰਕੇ ਪੰਜਾਬੀਆਂ ਨੇ ਮੁੱਖ ਮੰਤਰੀ ਦਾ ਸਾਥ ਦਿੱਤਾ, ਕਿਉਂਕਿ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦਾ ਮੰਨਣਾ ਇਹ ਸੀ ਕਿ ਸਾਡੇ ਸਾਥ ਨਾਲ ਮੁੱਖ ਮੰਤਰੀ ਦਾ ਕੁਝ ਬਣ ਜਾਵੇਗਾ, ਇਸ ਗਰੀਬ ਦੀ ਮਦਦ ਹੋ ਜਾਵੇਗੀ। ਜਦੋਂ ਇਸ ਤੋਂ ਬਾਅਦ ਮੁੱਖ ਮੰਤਰੀ ਦੇ ਗਾਣੇ ਆਏ ਤਾਂ ਸਾਰੇ ਸਰੋਤਿਆਂ ਨੇ ਮੁੱਖ ਮੰਤਰੀ ਦੇ ਗਾਣਿਆਂ ਨੂੰ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ। ਪਰ ਹਾਲ ਹੀ ਵਿੱਚ ਮੁੱਖ ਮੰਤਰੀ ਵੱਲੋਂ ਕੁਝ ਏਦਾਂ ਦੀਆਂ ਵੀਡੀਓਜ਼ ਕੀਤੀਆਂ ਜਾ ਰਹੀਆਂ ਨੇ ਜੋ ਕਿ ਅਸ਼ਲੀਲਤਾ ਨਾਲ ਭਰੀਆਂ ਹੋਈਆਂ ਨੇ। ਭਾਵੇਂ ਇਹਨਾਂ ਵੀਡੀਓਜ਼ ਵਿੱਚ ਅਸ਼ਲੀਲਤਾ ਬਾਕੀ ਗਾਣਿਆਂ ਨਾਲੋਂ ਘੱਟ ਹੋਵੇਗੀ, ਪਰ ਜਿਸ ਨਜ਼ਰੀਏ ਦੇ ਨਾਲ ਸਾਡੇ ਸਾਰੇ ਸਰੋਤਿਆਂ ਨੇ ਮੁੱਖ ਮੰਤਰੀ ਨੂੰ ਇੰਨਾ ਪਿਆਰ ਦਿੱਤਾ ਸੀ, ਉਹਨਾਂ ਨੂੰ ਇਸ ਗੱਲ ਦਾ ਗੁੱਸਾ ਹੈ ਕਿ ਮੁੱਖ ਮੰਤਰੀ ਕਿਹੜੇ ਰਾਹ ਤੁਰ ਪਿਆ। ਸੋ ਸਾਰੀ ਗੱਲ ਤੁਹਾਨੂੰ ਡਿਟੇਲ ਵਿੱਚ ਦੱਸਦੇ ਹਾਂ, ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਵੀਡੀਓ ਤੇ ਸਾਰੇ ਦਰਸ਼ਕਾਂ ਨੂੰ ਬੇਨਤੀ ਕਿ ਤੁਸੀਂ ਮੁੱਖ ਮੰਤਰੀ ਬਾਰੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਜਾਂਦੇ ਨੇ ਦਰਸ਼ਕਾਂ ਨੇ ਸਾਡਾ ਦੁਆਬਾ ਟੀਵੀ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਸੋ ਆਓ ਦੇਖਦੇ ਹਾਂ ਵੀਡੀਓ। ਦੋਸਤੋ ਪੰਜਾਬ ਦੇ ਵਿੱਚ ਇੱਕ ਮੁੱਖ ਮੰਤਰੀ ਨਾਮ ਦਾ ਮੁੰਡਾ ਵਾ ਜਿਹਨੂੰ ਸਾਰੇ ਹੀ ਜਾਣਦੇ, ਬੜਾ ਮਸ਼ਹੂਰ ਹੋਇਆ ਇਹ ਕੁਝ ਦਿਨਾਂ ਦੇ ਵਿੱਚ। ਕੁਝ ਚਿਰ ਪਹਿਲਾਂ ਵੀਰਿਓ ਇਹਦੀਆਂ ਹਰਕਤਾਂ ਕਰਕੇ ਪਿੰਡ ਵਾਲਿਆਂ ਤੰਗ ਆਣ ਕੇ ਤੇ ਇਹਦੇ ਪੰਜ ਕਕਾਰ ਗੁਰਦੁਆਰੇ ਲਵਾ ਦਿੱਤੇ ਸੀਗੇ। ਦੁੱਖ ਸਾਨੂੰ ਇਸ ਗੱਲ ਦਾ ਸੀ ਵੀ ਚੱਲ ਗਰੀਬ ਨਾਲ ਧੱਕਾ ਆਇਆ, ਪੰਜ ਕਕਾਰ ਨਹੀਂ ਲਵਾਉਣੇ ਚਾਹੀਦੇ, ਹੋਰ ਭਾਵੇਂ ਇਹਨੂੰ ਕੋਈ ਵੀ ਸਜ਼ਾ ਦੇਣ ਦੇ ਕੋਈ ਚੱਕਰ ਨਹੀਂ ਸੀਗਾ। ਅਸੀਂ ਸਾਰੇ ਸੋਚਦੇ ਹਾਂ ਵੀਰਿਓ ਕਿ ਚੱਲ ਬੱਚਾ ਵਾ, ਗਲਤੀ ਹੋ ਗਈ, ਬੱਚਾ ਵਾ, ਗਲਤੀ ਹੋ ਗਈ, ਪਰ ਐਡਾ ਵੀ ਬੱਚਾ ਨਹੀਂ ਕਿ ਨਿੱਪਲ ਚੁੰਘਦਾ ਬੱਚਾ ਵਾ ਕਿ ਇਹਦੀ ਗਲਤੀਆਂ ਇੰਨੀਆਂ ਕਰੀ ਜਾਵੇ। ਤੇ ਵੀਰਿਓ ਉਸ ਵੀਡੀਓ ਵਿੱਚ ਮੈਂ ਵੀ ਬਰਖਲਾ ਪਿੰਡ ਦੇ ਬੋਲਿਆ ਸੀਗਾ ਵੀ ਯਾਰ ਤੁਸੀਂ ਇੱਦਾਂ ਨਹੀਂ ਕਰਨਾ ਚਾਹੀਦਾ, ਪਰ ਬਹੁਤ ਸਾਰੇ ਲੋਕਾਂ ਨੇ ਇਹਦੀ ਇੱਕ ਵੀਡੀਓ ਕਲਿੱਪ ਭੇਜੀ ਸੀ ਕਿ ਇੱਕ ਇਹਨੂੰ ਮੁੱਖ ਮੰਤਰੀ ਆਉਂਦੇ ਕਾਹਤੋਂ ਆ, ਇਹਨੇ ਇੱਕ ਬਹੁਤ ਗੰਦਾ ਗਾਣਾ ਬੋਲਿਆ ਸੀ ਉਹਦੇ ਵਿੱਚ। ਤੇ ਵੀਰਿਓ ਆਪਣੇ ਆਪ 'ਤੇ ਵੀ ਹੁਣ ਸ਼ਰਮ ਆਉਂਦੀ ਆ ਕਿ ਯਾਰ ਸਾਨੂੰ ਨਾ ਇੱਥੇ ਬੈਠਿਆਂ ਨੂੰ ਬਹੁਤ ਘੱਟ ਦੇਰ ਬਾਅਦ ਪਤਾ ਲੱਗਦਾ ਵਾ ਅਸਲੀ ਕੰਮ ਕਸੂਤੇ ਕੀ ਹੋਏ ਆ, ਕੀ ਇਹ ਲੋਕ ਕਰਦੇ ਫਿਰਦੇ ਆ। ਦੁੱਖ ਲੱਗਦਾ ਜਾਣੀ ਇਸ ਗੱਲ ਦਾ ਵੀ ਅਸੀਂ ਗਲਤ ਬੰਦੇ ਨੂੰ ਸਪੋਰਟ ਕੀਤੀ ਆ। ਜਦੋਂ ਧਮਕਵੇਸ ਇੱਕ ਗਾਣਾ ਆਇਆ ਸੀ ਉਹਦੇ ਵਿੱਚ ਵਾਰ ਵਾਰ ਭੈਣ ਚੋ ਕਰਦਾ ਸੀਗਾ, ਤੇ ਸੋਚਿਆ ਵੀ ਚਲੋ ਆਮ ਇਹ ਮੂੰਹ ਤੇ ਗਾਲ ਚੜੀ ਆ ਤੇ ਕੋਈ ਗੱਲ ਨਹੀਂ ਬੱਚਾ ਵਾ ਜਾਂ ਕਿੱਦਾਂ ਵਾ, ਪਰ ਬੱਚਿਆ ਬੱਚਾ ਬਣ ਕੇ ਰਹਿ, ਹੱਥਾਂ ਨਾ ਪਾਰ ਕਰ, ਅਸੀਂ ਸਪੋਰਟ ਕੀਤੀ ਤੇਰੇ ਭਲੇ ਵਾਸਤੇ, ਹੁਣ ਇਸ ਭਲਾਈ ਦਾ ਤੂੰ ਫਾਇਦਾ ਨਾ ਚੱਕ, ਸਪੋਰਟ ਕਰਦੇ ਹਾਂ ਚੰਗੇ ਕੰਮਾਂ ਨੂੰ। ਸੋਰੀ ਮਾਨ ਤੂੰ ਜਿਹੜੀਆਂ ਬਾਹਾਂ ਦੀਆਂ ਹਿਲਾਉਣੀ ਆ, ਜਿਹੜੀਆਂ ਇਸ਼ਾਰੇ ਜੇ ਕਰਦੀਆਂ, ਕਿਉਂ ਰੋਜ਼ ਉਹਦਾ ਗਰੀਬ ਦਾ ਜਲੂਸ ਕੱਢਣ ਡੇ ਜੇ? ਤੇ ਮੰਤਰੀ ਇਹ ਪੋਸਟਰ ਬਦਲਾ ਆਪਣਾ, ਅਸੀਂ ਪੰਜਾਬੀ ਹਾਂ, ਬੇਸ਼ੱਕ ਤੁਸੀਂ ਗਾਣੇ ਕੱਢਦੇ ਹਾਂ, ਆਹ ਧਮਕਵੇਸ 2 ਦਾ ਮਤਲਬ ਦੱਸ ਦਿਓ ਕੀ ਆ, ਨਾ ਇਹ ਕੋਈ ਕਿੱਸਾ ਨਾ ਇਹ ਕੋਈ ਕਹਾਣੀ ਆ, ਹਰ ਬੰਦਾ ਨਿੱਕੀ ਨਿੱਕੀ ਗੱਲ 'ਤੇ ਗਾਣਾ ਕੱਢ ਦਿੰਦਾ ਵਾ।
ਤੇ ਅਸੀਂ ਲੋਕ ਉਦਾਂ ਹੀ ਪਿੱਛੇ ਫੋਲੋ ਕਰਨਾ ਸ਼ੁਰੂ ਕਰ ਦਿੰਦੇ ਹਾਂ। ਢੰਗ ਪੇਸਟੂ ਦਾ ਮਤਲਬ ਦੱਸ ਦਿਓ ਕੀ ਆ, ਆਹ ਨਿੱਕੇ ਕੱਪੜੇ ਪਾਉਣ ਦਾ ਮਤਲਬ ਦੱਸ ਦਿਓ ਕੀ ਆ, ਹੱਥ ਕਰ ਛੱਡੀ ਆ, ਰਹਿੰਦੇ ਤੁਸੀਂ ਪੰਜਾਬ 'ਚ, ਫੋਲੋ ਤੁਸੀਂ ਵੈਸਟਰਨ ਨੂੰ ਕਰਨ ਡੇ ਆ, ਤੇ ਜਿਹੜੇ ਤੇਰੇ ਨਾਲ ਸਿੰਗਰ ਗਾਉਣ ਵਾਲੇ ਆ, ਇਹ ਪੋਸਟਰ ਨੂੰ ਬਦਲਾਉਣਾ ਜਾਂ ਨਹੀਂ ਬਦਲਾਉਣਾ, ਜਾਂ ਤੁਸੀਂ ਫਿਰ ਆਪਣੀ ਹੋਰ ਲਿਆਈ ਕਰਾਉਣੀ ਆ। ਹਮੇਸ਼ਾ ਕੋਸ਼ਿਸ਼ ਕਰੀ ਦੀ ਜਿੱਥੇ ਕੋਈ ਗਲਤੀ ਕਰਦਾ, ਜੇ ਮੇਰੀ ਗਲਤੀ ਹੋ ਤਾਂ ਤੁਸੀਂ ਮੈਨੂੰ ਕਿਹਾ ਵੀ ਹਾਂ ਇੱਥੇ ਤੂੰ ਗਲਤ ਆ ਤੇ ਮੈਂ ਸੌਰੀ ਮੰਗਾਂਗਾ। ਇਹ ਪਬਲਿਕ ਦੇ ਸਾਹਮਣੇ, ਧੀਆਂ ਭੈਣਾਂ ਦੇ ਸਾਹਮਣੇ ਤੁਸੀਂ ਇਹ ਕੀ ਕਰ ਰਹੇ ਆ? ਸਾਡਾ ਪੰਜਾਬ ਜਾਣ ਕਿੱਧਰੋਂ ਡਿਆ ਵਾ? ਹੱਦ ਹੋ ਗਈ ਆ। ਅਸੀਂ ਨਹੀਂ ਕਿ ਸਹਿਮਤ ਹੈਗੇ ਇਸ ਚੀਜ਼ ਦਾ, ਇਸ ਪੋਸਟਰ ਦੇ ਨਾਲ। ਧਮਕ ਟੂਬ ਗੇ ਬੇਸ ਗਾਣੇ ਦਾ ਮਤਲਬ ਦੱਸੋ ਕੀ ਆ? ਇਹ ਪੋਸਟਰ ਨੂੰ ਬਦਲਾਓ, ਤੁਸੀਂ ਗਾਣਾ ਘੱਟ ਪੇਸ਼ ਕਰਦੇ ਤੇ ਗਲਤ ਚੀਜ਼ ਜ਼ਿਆਦਾ ਦਿਖਾਲਦੇ ਆ। ਮੁੱਖ ਮੰਤਰੀ, ਤੇਰਾ ਨਾਮ ਮੁੱਖ ਮੰਤਰੀ ਕਿਉਂ ਪਿਆ? ਇਹ ਚੀਜ਼ ਦਾ ਜਵਾਬ ਚਾਹੀਦਾ। ਸਾਡੇ ਕੋਲ ਵੀ ਗਲਤੀ ਹੋਈ, ਤੇਰੀ ਸਪੋਰਟ ਕੀਤੀ, ਗਲਤ ਸਪੋਰਟ ਹੋ ਗਈ। ਤੂੰ ਬੱਚਾ ਨਹੀਂ ਆ, ਬੱਚੇ ਦੇ ਭੇਸ ਵਿੱਚ ਤੂੰ ਖਰਾਬ ਹੋ ਰਿਹਾ, ਆਪ ਵੀ ਸਾਨੂੰ ਵੀ ਕਰ ਰਿਹਾ ਵਾ। ਦੁੱਖ ਲੱਗਦਾ ਤੂੰ ਸਾਡਾ ਪੰਜਾਬੀ ਭਰਾ, ਛੋਟਾ ਪੰਜਾਬੀ ਆ, ਬੰਦਾ ਬਣ ਜਾ। ਇਹਨਾਂ ਨੂੰ ਕਹਿ ਮੈਂ ਆਹ ਕੰਮ 'ਚ ਨਹੀਂ ਆਉਣਾ, ਨਹੀਂ ਆਉਣਾ।